ਹੈਲੋ एवरीवन वेलकम ਟੂ ਦ ਅਫੀਸ਼ੀਅਲ ਚੈਨਲ ਆਫ ਐਰੂਡੀਸ਼ਨ ਸਟੱਡੀਜ਼ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਡੇਲੀ ਦੇ ਕਰੰਟ ਅਫੇਅਰ ਦੇ ਵਿੱਚ 30th ਆਫ ਡਿਸੰਬਰ ਦੇ ਕਰੰਟ ਅਫੇਅਰਸ ਨੂੰ ਕਵਰ ਕਰਾਂਗੇ ਐਂਡ ਇਸ ਦੇ ਵਿੱਚ ਜਿੱਦਾਂ ਅਸੀਂ ਡੇਲੀ ਕਰਦੇ ਆ ਨਾ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀਆਂ ਜੋ ਨਿਊਜ਼ ਐ ਉਹਨਾਂ ਨੂੰ ਡਿਸਕਸ ਕੀਤਾ ਜਾਏਗਾ ਉਸ ਦੇ ਨਾਲ ਨਾਲ ਜਿੰਨੇ ਵੀ ਐਕਸਟਰਾ ਫੈਕਟਸ ਹੋਣਗੇ ਉਹ ਵੀ ਮੈਂ ਤੁਹਾਨੂੰ ਡਿਸਕਸ ਕਰੂੰਗੀ ਓਕੇ ਔਰ ਅਗਰ ਤੁਸੀਂ ਇੰਡੀਆ ਜਾਂ ਫਿਰ ਸਟੇਟ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਹਰ ਇੱਕ एग्जाम ਦੇ ਲਈ ਇਹ ਵਾਲੇ ਜਿਹੜੇ கரنٹ ਅਫੇਅਰ ਦੇ ਸੈਸ਼ਨ ਹੈ ਸਫੀਸ਼ੀਐਂਟ ਰਹਿਣਗੇ ਇਸ ਲਈ ਬਿਲਕੁਲ ਵੀ ਨਹੀਂ ਪੁੱਛਣਾ ਕਿ ਇਹ ਕਿਹੜੇ ਪੇਪਰ ਦੇ ਲਈ ਇੰਪੋਰਟੈਂਟ ਹੁੰਦੇ ਆ ਕਿਸ ਲਈ ਨਹੀਂ ਥੀਸ ਆਰ ਮੋਰ ਦੈਨ ਸਫੀਸ਼ੀਐਂਟ ਫॉर 올 ਆਫ ਯਰ ਐਗਜ਼ਾਮਸ ਜਿਨ੍ਹਾਂ ਦੇ ਵਿੱਚ கரنٹ ਅਫੇਅਰਿਕ ਪਾਰਟ ਹੈ ਓਕੇ ਸਟਾਰਟ करिए ਫਿਰ ਅੱਜ ਦੇ ਸੈਸ਼ਨ ਨੂੰ 올 ਰਾਈਟ ਫਰਸਟ ਕੁਐਸਚਨ ਦੇਖੋ ਵਿਚ ਕੰਟਰੀਜ਼ ਪ੍ਰੈਸੀਡੈਂਟ सस्पेंडेड द ਪ੍ਰਾਈਮ ਮਿਨਿਸਟਰ ਰੀਸੈਂਟਲੀ ਕਿਹੜੇ ਦੇਸ਼ ਦੇ ਪ੍ਰੈਸੀਡੈਂਟ ਨੇ ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਹੁਨੇ ਹੁਨੇ ਸਸਪੈਂਡ ਕਰ ਦਿੱਤਾ ਆ ਇਹ ਕੰਟਰੀ ਹੈ ਸੋਮਾਲੀਆ ਸੋਮਾਲੀਆ ਦੇ ਪ੍ਰੈਸੀਡੈਂਟ ਮੁਹੰਮਦ ਅਬਦੁਲ ਫਰਮਾਜੋ ਜੋ ਹੈ ਇਹਨਾਂ ਨੇ ਇੱਥੇ ਦੇ ਪ੍ਰਾਈਮ ਮਿਨਿਸਟਰ ਮੁਹੰਮਦ ਹੁਸੈਨ ਰੋਬਲ ਨੂੰ ਸਸਪੈਂਡ ਕਰ ਦਿੱਤਾ ਆ ਜਿਹੜੇ ਇੱਥੇ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਉਹਨਾਂ ਦੇ ਉੱਪਰ ਲੈਂਡ ਦੀ ਯਾਨੀ ਕਿ ਜ਼ਮੀਨ ਦੀ ਚੋਰੀ ਦੇ ਇਲਜ਼ਾਮ ਲਗਾਏ ਗਏ ਆ ਇਹਨਾਂ ਅਲੀਗੇਸ਼ਨਸ ਦੇ ਚੱਲਦੇ ਹੋਏ ਹੀ ਪ੍ਰੈਸੀਡੈਂਟ ਨੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਆ ਪਰ ਹੁਣ ਜਿਹੜੇ ਇੱਥੇ ਦੇ ਪ੍ਰਾਈਮ ਮਿਨਿਸਟਰ ਹੈ ਉਹ ਕੀ ਬੋਲ ਰਿਹਾ ਉਹ ਕਹਿ ਰਿਹਾ ਜੀ ਜਿਹੜੇ ਪ੍ਰੈਜ਼ੀਡੈਂਟ ਹੈ ਨਾ ਇਹ ਤਾਂ ਇੱਥੇ ਤਖਤਾ ਪਲਟ ਕਰਨਾ ਚਾਹੁੰਦੇ ਆ ਇਸ ਲਈ ਮੈਂ ਐ ਸਸਪੈਂਸ਼ਨ ਨੂੰ ਨਹੀਂ ਮੰਨਾਂਗਾ ਔਰ ਮੈਂ ਆਪਣੀ ਕੁਰਸੀ ਦੇ ਉੱਪਰ ਐਜ਼ ਇਟ ਇਜ਼ ਕਾਇਮ ਰਹਿਣਾ ਠੀਕ ਹੈ ਈਵਨ ਇਹਨਾਂ ਨੇ ਇੱਥੇ ਦੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਹੈ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਉਹ ਪ੍ਰੈਜ਼ੀਡੈਂਟ ਦੇ ਆਰਡਰ ਨਾ ਮੰਨਣ ਤੇ ਬਲਕਿ ਪ੍ਰਾਈਮ ਮਿਨਿਸਟਰ ਦੇ ਆਰਡਰਸ ਨੂੰ ਹੀ ਫੋਲੋ ਕਰਨ ਓਕੇ ਔਣ ਵਾਲੇ ਟਾਈਮ ਤੇ ਦੇਖਣਾ ਹੋਏਗਾ ਕਿ ਹੋਂਨੇ ਪੋਲਿਟਿਕਸ ਕਿਹੜਾ ਰੁਖ ਲੈ ਕੇ ਆਉਂਦੀ ਹੈ ਐਂਡ ਦੇਖੋ ਇੱਥੇ ਕੀ ਹੋਇਆ ਆ 1991 ਦੇ ਵਿੱਚ ਸਿਆਦ ਬਰੇ ਦੇ ਰੂਲ ਨੂੰ ਖਤਮ ਕਰ ਦਿੱਤਾ ਗਿਆ ਸੀਗਾ ਓਕੇ ਤੇ ਉਸ ਤੋਂ ਬਾਅਦ ਕੀ ਹੋ ਰਿਹਾ ਆ ਇੱਥੇ ਦੀ ਜਿਹੜੀ ਪੋਲਿਟਿਕਸ ਹੈ ਨਾ ਇਹ ਸੰਭਲਣ ਦਾ ਨਾਮ ਹੀ ਨਹੀਂ ਲੈ ਰਹੀ ਠੀਕ ਹੈ ਇੱਥੇ ਕੋਈ ਇਫੈਕਟਿਵ ਗਵਰਨਮੈਂਟ ਉਸ ਤੋਂ ਬਾਅਦ ਆਈ ਨਹੀਂ ਹੈ ਜਿੰਨੇ ਵੀ ਇੱਥੇ ਪੋਲਿਟਿਸ਼ੀਅਨਸ ਆਏ ਉਹਨਾਂ ਦੇ ਆਪਸੀ ਵਿਵਾਦ ਹੀ ਜਿਹੜੇ ਹੈਗੇ ਆ ਖਤਮ ਨਹੀਂ ਹੋ ਰਹੇ ਉਸ ਤੋਂ ਵੱਡੀ ਪ੍ਰੋਬਲਮ ਇੱਥੇ ਇੱਕ ਹੋਰ ਹੈਗੀ ਹੈ ਇੱਥੇ ਇੱਕ ਗਰੁੱਪ ਹੈ दैट इज ਅਲ ਸ਼ਬਾਬ ਠੀਕ ਹੈ ਔਰ ਇਹ ਨਾ ਅਲ ਕਾਇਦਾ ਨਾਲ ਰਿਲੇਟਡ ਹੈ ਓਕੇ ਔਰ ਇਹ ਅਲ ਸ਼ਬਾਬ ਜੋ ਹੈ ਇਹ ਵੀ ਇੱਥੇ ਕਾਫੀ ਜ਼ਿਆਦਾ ਪ੍ਰੋਬਲਮਸ ਨੂੰ ਕ੍ਰੀਏਟ ਕਰਦਾ ਰਹਿੰਦਾ ਆ ਠੀਕ ਹੈ ਔਰ ਐਸ ਕਰਕੇ ਫਿਰ ਇਹਨਾਂ ਸਾਰਿਆਂ ਦੀ ਚੀਜ਼ਾਂ ਦੇ ਵਿੱਚ ਇਹ ਨਾ ਜਿਹੜਾ 소말ੀਆ ਹੈ ਬਹੁਤ ਜ਼ਿਆਦਾ ਸਫਰ ਕਰ ਰਿਹਾ ਆ ਓਕੇ ਈਵਨ ਅਗਰ ਤੁਸੀਂ ਦੇਖੋਗੇ ਨਾ ਇੱਥੇ ਦੇ ਪ੍ਰੈਜ਼ੀਡੈਂਟ ਜੋ ਹੈਗੇ ਨੇ ਫਰਮਾਜੋ ਇਹਨਾਂ ਦੀ ਵੀ ਟਰਮ ਫ फेब्रुवारी ਦੇ ਵਿੱਚ ਨਾ ਫਿਨਿਸ਼ ਹੋ ਗਈ ਸੀ ਓਕੇ ਬਟ ਇਹਨੂੰ ਐਕਸਟੈਂਡ ਕੀਤਾ ਜਾ ਰਿਹਾ ਐਕਸਟੈਂਡ ਐਕਸਟੈਂਡਡ ਅਗੇਨ ਐਕਸਟੈਂਡ ਕਿਉਂ ਇਸ ਲਈ ਬਿਕਾਜ਼ ਇੱਥੇ ਕੋਈ ਐਗਰੀਮੈਂਟ ਹੀ ਨਹੀਂ ਬਣ ਰਿਹਾ ਕਿ ਕਿਹੜੇ ਵੇ ਦੇ ਨਾਲ ਕਿਸ ਵੇ ਨੂੰ ਫੋਲੋ ਕਰਕੇ ਪ੍ਰੈਸੀਡੈਂਟ ਨੂੰ ਨਿਯੁਕਤ ਕੀਤਾ ਜਾਏਗਾ ਅਗਲੇ ਠੀਕ ਹੈ 댓 ਇਜ਼ ਵਾਈ ਅਨਦਰ ਟਰਮ ਵੀ ਹੁਣ ਖਤਮ ਹੀ ਨਹੀਂ ਹੋਣ ਤਿਆਰੀ ਠੀਕ ਹੈ ਓਕੇ ਸੋਮਾਲੀਆ ਦੀ ਗੱਲ ਕੀਤੀ ਕੈਪੀਟਲ ਮੋਗਾਦੇਸ਼ੂ ਕਰੰਸੀ ਹੋ ਜਾਏਗੀ ਸ਼ੈਲਿੰਗ ਆਫੀਸ਼ੀਅਲ ਲੈਂਗੁਏਜਸ ਇਸੇ ਦੋ ਹੈ ਸੋਮਾਲੀਆ ਔਰ ਬਾਕੀ ਅਰੈਬਿਕ ਹੈ ਠੀਕ ਹੈ ਔਰ ਅਤੇ ਤੁਸੀਂ ਯਾਦ ਰੱਖਣਾ ਸਭ ਤੋਂ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੈ ਨਾ ਤੁਹਾਨੂੰ ਮੁਸਲਿਮਸ ਦੀ ਮਿਲੇਗੀ ਓਕੇ ਪ੍ਰੈਜ਼ੀਡੈਂਟ ਐਂਡ ਪ੍ਰਾਈਮ ਮਿਨਿਸਟਰ ਅਸੀਂ ਹੁਣੇ ਹੀ ਕੀਤੇ ਐਂਡ ਇਹ ਜੋ ਕੰਟਰੀ ਹੈ ਇਸ ਦੀ ਲੋਕੇਸ਼ਨ ਤੁਹਾਨੂੰ ਮਿਲੇਗੀ ਹੌਰਨੂਫ ਆਫريقيا ਦੇ ਵਿੱਚ ਠੀਕ ਹੈ ਅਸੀਂ ਇੱਥੇ ਦੇਖ ਲੈਂਦੇ ਆ ਫਿਰ ਹੌਰਨੂਫ ਆਫريقيا ਦੇਖੋ ਇੱਥੇ ਤੁਹਾਨੂੰ ਲੋਕੇਸ਼ਨ ਦਿਖ ਰਹੀ ਹੋਏਗੀ ਹੌਰਨੂਫ ਆਫريقيا ਨਾ ਜੋ ਅਫਰੀਕਨ ਮੇਨਲੈਂਡ ਹੈ ਇੱਥੇ ਬਿਲਕੁਲ ਈਸਟ ਵਾਲੇ ਪਾਰਟ ਦੇ ਵਿੱਚ ਮਿਲ ਦੇਖਣ ਨੂੰ ਮਿਲੇਗਾ ਠੀਕ ਹੈ ਔਰ ਐਂਦੀ ਜਿਹੜੀ ਐਦਾਂ ਕਰਕੇ ਸ਼ੇਪ ਦੇਖੋਗੇ ਨਾ ਬਿਲਕੁਲ ਇੱਕ ਸਿੰਘ ਵਰਗੀ ਹੈ ਰਾਈਟ ਇਸੇ ਕਰਕੇ ਇਸ ਨੂੰ ਹੌਰਨ ਆਫ ਅਫਰੀਕਾ بولਦੇ ਆ ਓਕੇ ਔਰ ਇਹ ਵਰਲਡ ਦਾ ਫੋਰਥ ਲਾਰਜੈਸਟ ਪੈਨਿਨਸੂਲਾ ਹੈਗਾ ਆ ਔਰ ਐਨੂੰ ਇੱਕ ਹੋਰ ਨਾਮ ਦੇ ਨਾਲ ਵੀ ਜਾਣਦੇ ਆ ਇਸ ਨੂੰ بولਦੇ ਆ ਸੋਮਾਲੀ ਪੈਨਿਨਸੂਲਾ ਰਾਈਟ ਇਹ ਤੁਸੀਂ ਦੇਖ ਰਹੇ ਹੋ ਸੋਮਾਲੀਆ ਦੇਖੋ ਹੈ ਨਾ ਸੋਮਾਲੀਆ ਇੱਥੇ ਹੀ ਹੈ ਇਥੀਓਪੀਆ ਵੀ ਹੌਰਨ ਆਫ ਅਫਰੀਕਾ ਦੇ ਵਿੱਚ ਆਏਗਾ ਇਰੀਟਰੀਆ ਵੀ ਐਂਡ ਜ਼ੀਬੂਤੀ ਠੀਕ ਹੈ ਇਸ ਦਾ ਮਤਲਬ ਅਗਰ ਤੁਹਾਡੇ ਕੋਲ ਪੁੱਛਿਆ ਜਾਏ ਕਿੰਨੀਆਂ ਕੰਟਰੀਜ਼ ਐ ਜੋ ਕਿ ਹੌਰਨ ਆਫ ਅਫਰੀਕਾ ਦੇ ਵਿੱਚ ਇਨਕਲੂਡ ਹੁੰਦੀਆਂ ਮੈਂ ਤਾਂ ਇਹ ਚਾਰ ਕੰਟਰੀਜ਼ ਹੋ ਜਾਣਗੀਆਂ ਠੀਕ ਹੈ ਐਨੂੰ ਤੁਸੀਂ ਸੀਡ ਦੇ ਨਾਲ ਯਾਦ ਰੱਖ ਸਕਦੇ ਹੋ ਐਸ ਸਟੈਂਡਸ ਫੋਰ ਸੋਮਾਲੀਆ ਈ ਇਥੀਓਪੀਆ ਇਰੀਟਰੀਆ ਐਂਡ ਜ਼ੀਬੂਤੀ ਦੇ ਵਿੱਚ ਡੀ ਸਾਇਲੈਂਟ ਹੈ ਪਰ ਲਿਖਣ ਲੱਗਿਆ ਅਸੀਂ ਡੀ ਨੂੰ ਯੂਜ਼ ਕਰਦੇ ਹਾਂ 댓 ਇਜ਼ ਵਾਈ ਡੀ ਸਟੈਂਡਸ ਫੋਰ ਜ਼ੀਬੂਤੀ ਓਕੇ ਐਂਡ ਜਿਹੜਾ ਹੌਰਨ ਆਫ ਅਫਰੀਕਾ ਹੈ ਇਹ ਰੈੱਡ ਸੀ ਦੇ ਤੁਹਾਨੂੰ ਸਾਊਥ ਵਾਲੀ ਬਾਉਂਡਰੀ ਦੇ ਨਾਲ ਨਾਲ ਲੋਕੇਟਿਡ ਮਿਲੇਗਾ ਓਕੇ ਬਟ ਗल्फ ਆਫ ਐਡਨ ਇੰਡੀਅਨ ਓਸ਼ੀਅਨ ਐਂਡ ਗੁਆਡਾਫੀ ਚੈਨਲ ਇਹਨਾਂ ਦੇ ਵਿੱਚ ਵੀ ਇਹ ਪਤਾ ਨਹੀਂ ਕਿੰਨੇ ਹੀ ਕਿਲੋਮੀਟਰ ਤੱਕ ਫੈਲਿਆ ਹੋਇਆ ਆ ਓਕੇ ਤਾਂ ਇਹ ਤੁਸੀਂ ਯਾਦ ਰੱਖਣਾ ਫਿਰ ਸੋਮਾਲੀਆ ਇਜ਼ ਦਾ ਪਾਰਟ ਆਫ ਹੋਰ ਰੂਫ ਆਫريقيا ਓਕੇ ਉਹਨਾਂ ਚਾਰੋਂ ਹੀ ਕੰਟਰੀਜ਼ ਦਾ ਨਾਮ ਵੀ ਤੁਹਾਨੂੰ ਯਾਦ ਰਹਿਣਾ ਚਾਹੀਦਾ ਨੈਕਸਟ ਕੁਐਸ਼ਨ ਵਿਚ ਕੰਟਰੀ ਹੈਜ਼ ਰੀਸੈਂਟਲੀ ਲਾਂਚਡ ਨਿਊ ਕੈਮਰਾ ਸੈਟਲਾਈਟ ਕਿਸ ਦੇਸ਼ ਨੇ ਹਾਲ ਹੀ ਦੇ ਵਿੱਚ ਇੱਕ ਨਵੀਂ ਕੈਮਰਾ ਸੈਟੇਲਾਈਟ ਨੂੰ ਲਾਂਚ ਕੀਤਾ ਹੈ ਇਹ ਕੰਟਰੀ ਹੈ ਸਾਡੇ ਪड़ोसी ਦੇਸ਼ ਚਾਈਨਾ ਐਂਡ ਚਾਈਨਾ ਨੇ ਇਹ ਜਿਹੜੀ ਵਾਲੀ ਸੈਟੇਲਾਈਟ ਨੂੰ ਲਾਂਚ ਕੀਤਾ ਹੈ ਇਸ ਦਾ ਨਾਮ ਹੈਗਾ ਯੀ ਯੂ ਐਨ ਓਕੇ ਐਂਡ ਇਸ ਦਾ ਪੂਰਾ ਨਾਮ ਹੋਏਗਾ ਯੀ ਯੂ ਐਨ 02ਈ ਓਕੇ ਐਂਡ ਇਹਦੇ ਵਿੱਚ ਕੀ ਹੋਣਾ ਜੀ ਇਹਦੇ ਵਿੱਚ ਕਾਫੀ ਸਾਰੇ ਕੈਮਰਾ ਕੈਪੇਬਲ ਸੈਟੇਲਾਈਟਸ ਹੈਗੀਆਂ ਆ ਜਿਹੜੀਆਂ ਕੀ 5 ਸੈਂਟੀਮੀਟਰ ਸੌਰੀ 5 ਮੀਟਰ ਤੱਕ ਦੇ ਰੈਜ਼ੋਲੂਸ਼ਨ ਦੇ ਨਾਲ ਗਰਾਉਂਡ ਦੀਆਂ ਫੋਟੋਜ਼ ਲੈ ਸਕਦੀਆਂ ਆ ਠੀਕ ਹੈ ਐਸੇ ਕਰਕੇ ਫਿਰ ਐਦਾ ਨਾਮ ਇੱਕ ਹੋਰ ਰੱਖਿਆ ਗਿਆ ਆ ਇਸ ਨੂੰ ਬੋਲਿਆ ਜਾ ਰਿਹਾ 5 ਮੀਟਰ 02 ਆਪਟੀਕਲ ਸੈਟੇਲਾਈਟ ਓਕੇ ਔਰ ਐਂਦਾ ਜਿਹੜਾ weight ਹੈ ਕਰੀਬਨ 2.5 ਕਿਲੋ ਤੱਕ ਰਹੇਗਾ ਔਰ ਐਸ ਸੈਟੇਲਾਈਟ ਨੂੰ ਲੌਂਗ ਮਾਰਚ 4C ਰਾਕਟ ਦੇ ਨਾਲ ਬੀਜਿੰਗ ਦੇ ਇੱਕ ਲੌਂਚ ਸੈਂਟਰ ਹੈ that is ਤਾਈਵਾਨ ਓਕੇ ਇੱਥੋਂ ਹੀ ਅਨੂੰ ਵੀ ਲੌਂਚ ਕੀਤਾ ਗਿਆ ਆ ਔਰ ਐਸ ਸੈਟੇਲਾਈਟ ਦੇ ਵਿੱਚ ਖਾਸੀਅਤ ਕੀ ਹੈ ਇਦੇ ਵਿੱਚ ਇਨਫਰਾ ਰੈਡ ਨੀਅਰ ਇਨਫਰਾ ਰੈਡ ਐਂਡ ਹਾਈਪਰ ਸਪੈਕਟ੍ਰਲ ਕੈਮਰਾਸ ਇੰਸਟਾਲ ਕੀਤੇ ਗਏ ਆ ਜਿਹਦੇ ਨਾਲ ਅਰਥ ਦੀਆਂ ਜਿਹੜੀਆਂ ਪੈਂਕਰੋਮੈਟਿਕ ਕਲਰ ਦੀਆਂ ਇਮੇजेस ਹੁੰਦੀਆਂ ਆ ਨਾ ਉਹਨਾਂ ਨੂੰ ਲਿਆ ਜਾ ਸਕੇਗਾ ਵਾਟ ਇਜ਼ ਪੈਂਕਰੋਮੈਟਿਕ ਪੈਂਕਰੋਮੈਟਿਕ ਦਾ ਮਤਲਬ ਹੁੰਦਾ ਆ ਕਿ ਇਹ ਜਿਹੜੇ ਕੈਮਰਾਸ ਹੋਣਗੇ ਇਹ ਹਰ ਇੱਕ ਕਲਰ ਦੇ ਲਈ ਇਕੁਅਲੀ ਸੈਂਸਿਟਿਵ ਹੋਣਗੇ ਓਕੇ 올 ਰਾਈਟ ਤਾਂ ਇਹਨਾਂ ਇਮੇजेस ਦੇ ਨਾਲ ਫਿਰ ਚਾਈਨਾ ਦੇ ਜਿਹੜੇ ਇੰਜੀਨੀਅਰਸ ਹੈਗੇ ਆ ਉਹਨਾਂ ਨੂੰ ਜੀਓਲੋਜੀਕਲ এনवायरमेंट ਦੀ ਸਟੱਡੀ ਕਰਨ ਦੇ ਵਿੱਚ ਬਾਕੀ ਜਿਹੜੇ ਮਿਨਰਲਸ ਵਗੈਰਾ ਦੀ ਖੋਜ ਕਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਹੈਲਪ ਮਿਲੇਗੀ ਓਕੇ ਟੌਪ 5 ਚਾਈਨਾ ਦੀਆਂ ਨਿਊਜ਼ ਦੇਖੋ ਵਿంటర్ 올림픽ਸ 2020 ਨੂੰ ਚਾਈਨਾ ਦੀ ਬੀਜਿੰਗ ਦੇ ਵਿੱਚ ਹੋਸਟ ਕੀਤਾ ਜਾਏਗਾ ਔਰ ਸਾਨੂੰ ਪਤਾ ਹੈ ਕਿ ਕਾਫੀ ਸਾਰੀਆਂ ਕੰਟਰੀਜ਼ ਲਾਈਕ ਯੂਐਸ ਕੈਨੇਡਾ ਆਸਟ੍ਰੇਲੀਆ ਇਹਨਾਂ ਨੇ ਬੋਲਿਆ ਹੈ ਕਿ ਇਹ ਬੀਜਿੰਗ ਦਾ ਬਾਇਕਾਟ ਕਰਨਗੇ 2022 ਦੀ 올림픽ਸ ਵਿੱਚ ਓਕੇ ਐਂਡ ਇਸ ਵਾਰ ਇਹ ਜੋ ਬੀਜਿੰਗ ਦੇ 올림픽ਸ ਹੋਣਗੀਆਂ ਉਸ ਦੇ ਵਿੱਚ ਨਾਰਥ ਕੋਰੀਆ ਨੂੰ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਜਾ ਰਿਹਾ ਠੀਕ ਹੈ ਔਰ ਇਹ ਪਨਿਸ਼ਮੈਂਟ ਦਿੱਤੀ ਹੈ ਇੰਟਰਨੈਸ਼ਨਲ 올림픽 ਕਮੇਟੀ ਨੇ ਬਿਕਾਜ਼ ਇਸ ਵਾਰ ਨਾਰਥ ਕੋਰੀਆ ਨੇ ਟੋਕੀਓ ਵਿੱਚ ਜਿਹੜੀਆਂ 올림픽ਸ ਹੋਈਆਂ ਸੀ ਨਾ ਉੱਥੇ ਪਾਰਟਿਸਿਪੇਟ ਨਹੀਂ ਕੀਤਾ ਇਹ ਕਹਿ ਕੇ ਕਿ ਕੋਵਿਡ ਹੈ ਠੀਕ ਹੈ ਜਦੋਂ ਕਿ ਬਾਕੀ ਕੰਟਰੀਜ਼ ਨੇ ਤਾਂ ਕੀਤਾ ਸੀ ਦੈਟ ਇਜ਼ ਵਾਈ ਇਹਨਾਂ ਨੂੰ ਪਨਿਸ਼ਮੈਂਟ ਮਿਲੀ ਹੈ ਓਕੇ ਆਫਟਰ ਦੈਟ ਚਾਈਨਾ ਨੇ ਇੱਕ 11 ਦੇਸ਼ਾਂ ਦੇ ਗਰੁੱਪ ਨੂੰ ਜਿਸ ਦਾ ਨਾਮ ਹੈ ਏਸ਼ੀਆ ਪੈਸੀਫਿਕ ਫੀ ਟ੍ਰੇਡ ਗਰੁੱਪ ਇਸ ਨੂੰ ਇਹਨਾਂ ਨੇ ਬੋਲਿਆ ਕਿ ਅਸੀਂ ਜੁਆਇਨ ਕਰਨਾ ਚਾਹੁੰਦੇ ਹਾਂ ਠੀਕ ਹੈ ਅਪਲਾਈ ਕੀਤਾ ਆ ਤਾਂ ਕਿ ਇੰਟਰਨੈਸ਼ਨਲ ਜਿਹੜੀਆਂ ਪਾਲਿਸਿਸ ਐ ਉਸ ਦੇ ਵਿੱਚ ਇਸ ਦਾ ਇਨਫਲੂਐਂਸ ਵੱਧ ਸਕੇ 올 ਰਾਈਟ ਥੈਨ ਚਾਈਨਾ ਦੇ ਵਿੱਚ ਜਾਇੰਟ ਪਾਂਡਾ ਮਿਲਦੇ ਐ ਪਹਿਲਾਂ ਇਹ ਐਂਡੇਂਜਰਡ ਸਪੀਸੀਜ਼ ਦੇ ਵਿੱਚ ਸੀਗੇ ਠੀਕ ਹੈ ਬਟ ਚਾਈਨਾ ਨੇ ਇਹਦੇ ਲਈ ਕਾਫੀ ਜ਼ਿਆਦਾ ਕੰਮ ਕੀਤਾ ਇਹਨਾਂ ਨੂੰ ਕੰਜ਼ਰਵ ਕਰਨ ਦੇ ਲਈ ਔਰ ਪ੍ਰਿਜ਼ਰਵ ਕਰਨ ਲਈ ਠੀਕ ਹੈ ਹੁਣ ਇਹ ਵਲਨਰੇਬਲ ਸਪੀਸੀਜ਼ ਯ ਕੈਟਾਗਰੀ ਦੇ ਵਿੱਚ ਆ ਗਏ ਆ ਚਾਈਨਾ ਨੇ ਨਿਊ ਜਨਰੇਸ਼ਨ ਦੀ ਮੈਟੀਰੀਓਲੋਜੀਕਲ ਸੈਟਲਾਈਟ ਨੂੰ ਲਾਂਚ ਕੀਤਾ ਜੋ ਕਿ ਮੌਸਮ ਵਿਭਾਗ ਦੇ ਨਾਲ ਕੰਮ ਕਰੇਗੀ ਇਸ ਦਾ ਨਾਮ ਹੈਗਾ ਆ ਫੈਂਗਯੂਨ 4b ਓਕੇ ਥੈਨ ਚਾਈਨਾ ਨੇ ਆਪਣੇ ਪਹਿਲੇ ਮਾਰਸ ਰੋਵਰ ਨੂੰ ਹੁਨੇ ਹੁਨੇ ਲਾਂਚ ਕੀਤਾ ਸੀਗਾ ਇਸ ਦਾ ਨਾਮ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੇਗਾ ਥੈਟ ਇਜ਼ ਜੂਰੋਂਗ ਔਰ ਇਹ ਇੱਥੇ ਦੇ ਅਗਨੀ ਦੇਵਤਾ ਦੇ ਨਾਮ ਦੇ ਬਾਰੇ ਰੱਖਿਆ ਗਿਆ ਆ ਓਕੇ ਕੁਐਸਚਨ ਨੰਬਰ 3 who won double gold in para badminton national championship double triple four times star mark karo and dekho ki hai gaya haal hi de vich para badminton national championship hui hai is de vich puchha ja raha hai double gold kinna ne leya theek hai ta is wari fourth number diya para badminton national championships hui aya kedi jagah te is nu organize kita gaya is nu odisha de bhubneshwar de vich organize kita gaya theek hai ਔਰ ਇੱਥੇ ਹਰਿਆਣਾ ਦੇ ਨितीश ਕੁਮਾਰ ਨੇ ਡਬਲ 골ਡ ਹਾਸਿਲ ਕੀਤਾ ਹੈਗਾ ਆ ਸਭ ਤੋਂ ਵੱਡੀ ਗੱਲ ਕੀ ਹੈ ਇਹਨਾਂ ਨੇ ਮੈਨਜ਼ ਡਬਲਸ ਦੇ ਵਿੱਚ ਨਾ ਆਪਣੇ ਪਾਰਟਨਰ ਪਾਰਟਨਰ ਤਰुण ਢਿੱਲਣ ਦੇ ਨਾਲ ਮਿਲ ਕੇ ਵਰਲਡ ਦੇ ਨੰਬਰ 1 ਪੈਰਾ ਲੰਪੀਅਨ प्रमोद भगत ਐਂਡ ਮਨੋਜ ਸਰਕਾਰ ਇਹਨਾਂ ਨੂੰ ਬੀਟ ਕੀਤਾ ਸੀਗਾ ਠੀਕ ਹੈ ਤੁਸੀਂ प्रमोद भगत ਦਾ ਨਾਮ ਜ਼ਰੂਰ ਸੁਨਿਆ ਹੋਣਾ ਇਸ ਵਾਰੀ ਜੋ ਟੋਕੀਓ ਦੇ ਵਿੱਚ ਪੈਰਾ ਲੰਪਿਕਸ ਗੇਮਸ ਹੋਈਆਂ ਸੀ ਨਾ ਉਸ ਦੇ ਵਿੱਚ ਹਨਾ ਨੇ 골ਡ ਮੈਡਲ ਹਾਸਿਲ ਕੀਤਾ ਸੀ ਔਰ ਪੂਰੇ ਵਰਲਡ ਦੇ ਵਿੱਚ ਇਹ ਪਹਿਲੇ ਨੰਬਰ ਤੇ ਆਉਂਦੇ ਆ ਪੈਰਾ ਲੰਪੀਸ ਬੈਡਮਿੰਟਲ ਦੇ ਖਿਡਾਰੀਆਂ ਦੇ ਵਿੱਚ ਠੀਕ ਹੈ 올 ਰਾਈਟ ਹੁਣ ਡਬਲ ਦੇ ਨਾਲ ਨਾਲ ਨਿਤੇਸ਼ ਨੇ ਮੈਨਸ ਸਿੰਗਲ ਕੈਟਾਗਰੀ ਦੇ ਵਿੱਚ ਵੀ 골ਡ ਹਾਸਿਲ ਕੀਤਾ ਆ ਓਕੇ ਇਸ ਦੇ ਨਾਲ ਨਾਲ ਗੁਜਰਾਤ ਦੇ 파ਰুল ਪ੍ਰਮਾਰ ਨੇ ਵੀ 골ਡ ਮੈਡਲ ਲਿਆ ਸੀਗਾ ਓਕੇ ਟੌਪ 5 ਸਪੋਰਟਸ ਜਾਂ ਨਿਊਜ਼ ਦੇਖ ਲੈਣੇ ਹਿਮਾਚਲ ਪ੍ਰਦੇਸ਼ ਨੇ ਤਾਮਿਲਨਾਡੂ ਨੂੰ ਬੀਟ ਕੀਤਾ ਐਂਡ ਆਪਣੀ ਪਹਿਲੀ ਵਾਰ ਵਿਜੇ ਹਜ਼ਾਰੇ ਟਰੋਫੀ ਨੂੰ ਵਿਨ ਕੀਤਾ ਆ ਅੰਜਲ ਠਾਕੁਰ ਪਹਿਲੇ ਐਦਾਂ ਦੇ ਇੰਡੀਅਨਸ ਕੀ ਐਥਲੀਟ ਬਣੇ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਦੋ ਮੈਡਲ ਹਾਸਿਲ ਕੀਤੇ ਹੈ ਰਾਈਟ ਹਾਲ ਹੀ ਦੇ ਵਿੱਚ ਇਹਨਾਂ ਨੇ FIS ਦਾ ਐਲਪਾਈਨਸ ਕਿੰਗ ਕੰਪੀਟੀਸ਼ਨ ਹੋਇਆ ਸੀ ਉਸ ਦੇ ਵਿੱਚ ব্রੌਂਜ਼ ਮੈਡਲ ਲੈ ਆਇਆ ਓਕੇ अर्ਲियर 2018 ਦੇ ਵਿੱਚ ਵੀ ਇਹਨਾਂ ਨੇ ব্রੌਂਜ਼ ਮੈਡਲ ਹਾਸਿਲ ਕੀਤਾ ਸੀ ਕੇ શ્રીਨਾਥ ਇਹਨਾਂ ਨੇ ਸਿਲਵਰ ਮੈਡਲ ਲਿਆਇਆ ਬੀਡਬਲਯੂਐਫ ਦੀ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਇੰਡੀਆ ਨੇ ਏਸ਼ੀਅਨ ਯੂਥ ਪੈਰਾ ਗੇਮਸ 2021 ਦੇ ਵਿੱਚ 41 ਮੈਡਲਸ ਹਾਸਿਲ ਕੀਤੇ ਹਨ ਮਨੀਪੁਰ ਨੇ ਰੇਲਵੇਜ਼ ਨੂੰ ਹਰਾਇਆ ਔਰ ਇਸਤੇ ਨਾਲ ਇਹ ਸੀਨੀਅਰ ਵਿਮੈਨਸ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਵਿੱਚ ਵਿਨਰ ਟੀਮ ਬਣ ਕੇ ਆਏ ਹੈ ਓਕੇ ਕੁਐਸ਼ਨ ਨੰਬਰ 4 ਵਿਚ ਟੀਮ ਵਨ ਹੋਕੇ ਇੰਡੀਆ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ हाल ही ਦੇ ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਹੋਕੀ ਇੰਡੀਆ ਦੀ ਤਾਂ ਇਸ ਦੇ ਵਿੱਚ ਕਿਹੜੀ ਟੀਮ ਨੇ ਇਸ ਨੂੰ ਜਿੱਤ ਕੇ ਔਰ ਟਾਈਟਲ ਆਪਣੇ ਨਾਮ ਕੀਤਾ ਆ ਤਾਂ ਇਹ ਟੀਮ ਹੋ ਜਾਏਗੀ ਉੱਤਰ ਪ੍ਰਦੇਸ਼ ਓਕੇ ਇਸ ਵਾਰੀ 11th ਨੰਬਰ ਦੇ ਜੂਨੀਅਰ ਨੈਸ਼ਨਲ ਮੈਨਜ਼ ਜੋ ਹੋਕੀ ਚੈਂਪੀਅਨਸ਼ਿਪ ਹੈ ਇਸ ਦਾ ਆਯੋਜਨ ਕੀਤਾ ਗਿਆ ਤਾਮਿਲਨਾਡੂ ਦੇ ਵਿੱਚ ਔਰ ਇਸ ਦੇ ਵਿੱਚ ਯੂਪੀ ਨੇ ਫਿਰ ਹਰਾਇਆ ਕਿਸ ਨੂੰ ਹੈ ਤਾਂ ਰਨਰ ਅਪ ਟੀਮ ਰਹੀ ਹੈ ਚੰਡੀਗੜ੍ਹ ਓਕੇ ਐਂਡ 3rd ਪਲੇਸ ਦੇ ਉੱਪਰ ਹਰਿਆਣਾ ਦੀ ਟੀਮ ਰਹੀ ਰਾਈਟ ਔਰ ਫਸਟ ਸੈਕਿੰਡ ਤੁਹਾਨੂੰ ਜ਼ਿਆਦਾ ਅਚੇ ਤਰ੍ਹਾਂ ਯਾਦ ਰਹਿਣੇ ਚਾਹੀਦੇ ਆ ਹੁਣ ਦੇਖ ਲੈਂਦੇ ਆ ਟੌਪ 5 ਸਪੋਰਟਸ ਨਿਊਜ਼ ਨੂੰ ਪੰਕਜ ਐਡਵਾਨੀ ਨੇ ਨੈਸ਼ਨਲ ਬਿਲਿਅਰਡਸ ਟਾਈਟਲ ਜਿੱਤਿਆ ਆ 올림픽 ਇੰਡੀਆ ਨੇ 148 ਐਥਲੀਟਸ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਨੂੰ ਟੀਓਪ ਸਕੀਮ ਟੌਪ ਸਕੀਮ ਮਤਲਬ ਟਾਰਗੇਟ 올림픽 ਪੋਡੀਅਮ ਸਕੀਮ ਨੂੰ ਦੇ ਅੰਡਰ ਇਹਨਾਂ ਨੂੰ ਜਾਰੀ ਕੀਤਾ ਗਿਆ ਠੀਕ ਹੈ ਔਰ ਇਹਨਾਂ ਨੂੰ ਫਿਰ ਹੁਣ ਅੱਛੀ ਤਰ੍ਹਾਂ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਜਿਸ ਨਾਲ ਆਉਣ ਵਾਲੇ 올림픽ਸ ਦੇ ਵਿੱਚ ਇਹ ਬੈਟਰ ਪਰਫਾਰਮ ਕਰ ਸਕਣ ਆਫਟਰ 댓 ਸੰਕੇਤ ਮਹਾਦੇਵ ਸਰਗਰ ਇਹਨਾਂ ਨੇ ਕਾਮਨਵੇਲਥ weight lifting ਚੈਂਪੀਅਨਸ਼ਿਪ ਦੇ ਵਿੱਚ 골ਡ ਲਿਆ ਆ ਪੀਵੀ ਸਿੰਧੂ ਨੇ BWF World Tour 2021 ਦੇ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਸੌਰਵ ਘੋਸ਼ਾਲ ਨੇ ਮਲੇਸ਼ੀਅਨ ਓਪਨ ਸਕੁਐਸ਼ ਚੈਂਪੀਅਨਸ਼ਿਪ 2021 ਨੂੰ ਜਿੱਤ ਲਿਆ ਕੁਐਸਚਨ ਨੰਬਰ 5 E.O. Wilson passed away recently who was he very much important personality actually E.O. Wilson jinna di hal hi de vich death hoyi hai he was biologist okay and enna nu father of biodiversity vi bolya janda hai te is layi eh wala fact tusi yaad rakhoge bahut zyada important raho ga theek hai nali eh earth nu protect karan layi bahut hi zyada efforts karde rehnde hai jis karke enna nu ik hor nickname to jande hai ਇਨਾਂ ਨੂੰ ਬੋਲਿਆ ਜਾਂਦਾ ਆ ਡਾਰਵਿਨਜ਼ ਨੈਚੁਰਲ ਹਾਇਰ ਓਕੇ ਐਂਡ ਇਸਤੇ ਨਾਲ ਨਾਲ ਹੋਰ ਕੀ ਯਾਦ ਰੱਖੋਗੇ ਇਹਨਾਂ ਨੇ 30 ਤੋਂ ਵੀ ਜ਼ਿਆਦਾ ਬੁੱਕਸ ਹੈ ਜਿਨ੍ਹਾਂ ਨੂੰ ਲਿਖਿਆ ਜਿਸ ਦੇ ਵਿੱਚੋਂ ਦੋ ਬੁੱਕਸ ਹੈ ਜਿਨ੍ਹਾਂ ਨੂੰ ਪੁਲਿਟਜ਼ਰ ਪ੍ਰਾਈਜ਼ ਵੀ ਮਿਲ ਚੁੱਕਿਆ ਠੀਕ ਹੈ ਔਰ ਤੁਹਾਨੂੰ ਪਤਾ ਹੈ ਬਹੁਤ ਹੀ ਜ਼ਿਆਦਾ ਰਿਨਾਉਂਡ ਪਰਸਨੈਲਿਟੀਆਂ ਨੂੰ ਇਹ ਵਾਲਾ ਅਵਾਰਡ ਦਿੱਤਾ ਜਾਂਦਾ ਆ ਇਹਨਾਂ ਦੀ ਬੁੱਕ ਹੈ ਜੋ ਕਿ ਇਹਨਾਂ ਨੇ 1978 ਦੇ ਵਿੱਚ ਲਿਖੀ ਸੀ ਅਬਾਊਟ ਹਿਊਮਨ ਨੇਚਰ ਠੀਕ ਹੈ ਇਸ ਨੂੰ ਮਿਲਿਆ ਪੁਲਿਟਜ਼ਰ ਪ੍ਰਾਈਜ਼ ਆਫਟਰ 댓1990 ਦੇ ਵਿੱਚ ਹਿਊਮਨ ਨੇਚਰ ਐਂਡ ਦ ਐਂਟਸ ਦੇ ਲੇਵੀ ਨੂੰ ਪੋਲੀਟਿਕਲ ਪ੍ਰਾਈਜ਼ ਮਿਲਿਆ ਹੋਇਆ ਓਕੇ ਔਰ ਇਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਬਾਇਓਲੋਜਿਸਟ ਵੀ ਰਹਿ ਚੁੱਕੇ ਹੈਗੇ ਆ ਰਾਈਟ ਔਰ ਐਨਾ ਨੇ ਇੱਕ ਥਿਉਰੀ ਦਿੱਤੀ ਸੀ ਐਂਟਸ ਐਂਡ ਹਿਊਮਨ ਬਿਹਿਵਿਅਰਸ ਦੇ ਉੱਪਰ ਠੀਕ ਹੈ ਔਰ ਐਸੇ ਹੀ ਸਟੱਡੀ ਦੇ ਕਰਕੇ ਐਨਾ ਦਾ ਨਾਮ ਮੰਨੇ ਪਰਮੰਨੇ ਸਾਇੰਟਿਸਟਸ ਦੇ ਵਿੱਚ ਸ਼ਾਮਿਲ ਹੋ ਗਿਆ ਸੀ ਓਕੇ ਤਾਂ ਐਨਾ ਦਾ ਨਾਮ ਤੁਸੀਂ ਵੀ ਨਹੀਂ ਭੁੱਲਣਾ ਪੱਕਾ ਇਗਜ਼ਾਮ ਦੇ ਵਿੱਚ ਵੀ ਸ਼ਾਮਿਲ ਹੋਣ ਵਾਲਾ ਹੈ ਓਕੇ ਉਹ ਦੇਖ ਲੈਣਾ ਫਾਈਵ ਰੀਸੈਂਟ ਅਬਿਟਿਉਰੀਜ਼ ਨੂੰ ਆਰਟਿਸਟ ਐਂਡ ਟॉय ਡਿਜ਼ਾਈਨਰ ਜਿਨ੍ਹਾਂ ਨੇ ਹੀ ਮੈਨ ਦੇ ਲਈ ਆ ਜੋ ਆਰਟੀਫੈਕਟ ਲੈਂਦੇ ਆ ਓਕੇ ਨਾਲ ਹੀ ਟॉयਜ਼ ਨੂੰ ਡਿਜ਼ਾਈਨ ਕੀਤਾ ਇਹਨਾਂ ਦੀ ਡੈਥ ਹੋ ਗਈ ਹੈ ਨਾਮ ਹੈ ਇਹਨਾਂ ਦਾ ਮਾਰਕ ਟੀਲ ਥੈਨ ਮਲਿਆਲਮ ਡਾਇਰੈਕਟਰ ਕੇ ਐਸ ਸੇਥੂ ਮਧਾਮੰਦੀ ਡੈਥ ਹੋਈ ਆਫਟਰ 댓 ਇਸ ਬਾਰੇ ਅਸੀਂ 2-3 ਦਿਨ ਪਹਿਲਾਂ ਡਿਸਕਸ ਵੀ ਕੀਤਾ ਸੀਗਾ ਰਾਈਟ ਰਿਸਰ ਪ੍ਰਾਈਜ਼ Winner ਆਰਕੀਟੈਕਟ ਰਿਚਰਡ ਰੋਗਰਸ ਇਹਨਾਂ ਦੀ ਵੀ ਡੈਥ ਹੋ ਗਈ ਹੈ ਇੰਡੀਆ ਦੇ ਪਹਿਲੇ ਔਰਤ ਸਾਈਕਲ ਟ੍ਰੈਸਟ ਸਰਦਾ ਮਨਨ ਇਹਨਾਂ ਦੇ ਦਿਹਾਂਤ ਹੋਇਆ ਫਾਰਮਰ ਪ੍ਰੈਸੀਡੈਂਟ ਸਾਊਥ ਕੋਰੀਆ ਦੇ ਇਹਨਾਂ ਦਾ ਨਾਮ ਹੈ ਚੂ ਦੂ ਹਵਾਨ ਠੀਕ ਹੈ ਇਹਨਾਂ ਦੀ ਵੀ ਹਾਲ ਹੀ ਦੇ ਵਿੱਚ ਡੈਥ ਹੋ ਗਈ ਹੈ ਕੁਐਸਚਨ ਨੰਬਰ 6 ਵੇਅਰ ਪੀਐਮ ਮੋਦੀ ਲੇਡ ਫਾਊਂਡੇਸ਼ਨ ਸਟੋਨ ਓ 4 ਹਾਈਡਰੋ ਪਾਵਰਸ ਪ੍ਰੋਜੈਕਟ ਤਾਂ ਹਾਲ ਹੀ ਦੇ ਵਿੱਚ ਪੀਐਮ ਮੋਦੀ ਹਿਮਾਚਲ ਪ੍ਰਦੇਸ਼ ਗਏ ਹੋਏ ਸੀ ਠੀਕ ਹੈ ਇਹਨਾਂ ਨੇ ਉੱਥੇ 4 ਹਾਈਡਰੋ ਪਾਵਰ ਪ੍ਰੋਜੈਕਟਸ ਨੂੰ ਲਾਂਚ ਕੀਤਾ ਹੈਗਾ ਆ ਓਕੇ ਔਰ ਇਹਨਾਂ ਨੇ ਆ ਜੋ ਮੰਡੀ ਨਾਮ ਦੀ ਜਗਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੇ ਕਰੀਬ 11000 ਕਰੋੜ ਦੇ ਹਾਈਡਰੋ ਪਾਵਰ ਪ੍ਰੋਜੈਕਟਸ ਦਾ ਫਾਊਂਡੇਸ਼ਨ ਸਟੋਨ ਰੱਖਿਆ ਹੈ ਓਕੇ ਇਹਨਾਂ ਦੇ ਨਾਮ ਕਿਹੜੇ-ਕਿਹੜੇ ਆ ਪਹਿਲਾ ਆ ਜਾਏਗਾ ਸਵਾਰਾ ਕੁੱਡੂ ਹਾਈਡਰੋ ਪਾਵਰ ਪ੍ਰੋਜੈਕਟ ਆਫਟਰ ਥੈਟ ਲੋਹਰੀ ਸਟੇਜ ਹਾਈਡਰੋ ਪਾਵਰ ਪ੍ਰੋਜੈਕਟ ਥੈਨ ਧੋਲਾ ਡੈਸ਼ ਓਕੇ ਹਾਈਡਰੋ ਪਾਵਰ ਪ੍ਰੋਜੈਕਟ ਆਫਟਰ ਥੈਟ ਰੇਨੁਕਾ ਜੀ ਡੈਮ ਪ੍ਰੋਜੈਕਟ ਓਕੇ ਇਹਨਾਂ ਦੇ ਵਿੱਚੋਂ ਜਿਹੜਾ ਇਹ ਰੇਨੁਕਾ ਜੀ ਡੈਮ ਪ੍ਰੋਜੈਕਟ ਹੈ ਇਹ ਲਾਸਟ 30 ਸਾਲਾਂ ਤੋਂ ਪੈਂਡਿੰਗ ਪਿਆ ਹੋਇਆ ਸੀਗਾ রাইਟ ਹੁਣ ਇਹਨਾਂ ਨੂੰ ਇਨੋਗਰੇਟ ਕੀਤਾ ਗਿਆ ਔਰ ਜਿਹੜਾ ਤੁਹਾਨੂੰ ਇੱਥੇ ਧੋਲਾ ਸਿੱਧ ਹਾਈਡਰੋ ਪਾਵਰ ਪ੍ਰੋਜੈਕਟ ਦਿਖ ਰਿਹਾ ਹੈ ਇਹ ਹਮੀਰਪੁਰ ਡਿਸਟ੍ਰਿਕਟ ਦਾ ਪਹਿਲਾ ਹਾਈਡਰੋ ਪਾਵਰ ਪ੍ਰੋਜੈਕਟ ਰਹੇਗਾ ਓਕੇ ਹੁਣ ਅਸੀਂ ਇੱਥੇ ਗੱਲ ਕੀਤੀ ਹੈ ਹਿਮਾਚਲ ਪ੍ਰਦੇਸ਼ ਦੀ ਇਸ ਦੇ ਦੋ ਕੈਪੀਟਲਸ ਹੈ ਸਮਰ ਦੇ ਵਿੱਚ Shimla ਹੈ ਐਂਡ ਵਿంటర్ ਦੇ ਵਿੱਚ Dharmshala ਓਕੇ ਸੀਐਮ ਰਹਣਗੇ ਜੈ ਰਾਮ ਠਾਕੁਰ ਐਂਡ ਗਵਰਨਰ ਹੋ ਜਾਣਗੇ ਮਿਸਟਰ ਰਾਜੇਂਦਰ ਆਰਲੇਕਰ ਓਕੇ हूँ देख ला टॉप फाइव हिमाचल प्रदेश दिन न्यूज़ न पीयूष गोयल ने अनाउंस किया कि हिमाचल के कुलूच हैं हैंडीक्राफ्ट दोडक्ट्स एनकरेज करीवर सर्विस एंड डिज़ाइन रिसोर्स सेंटर डेवलप किया जाएगा हिमाचल प्रदेश ने अनाउंस किया कि फ्रेम करेंगे इंटीग्रेटिड ड्रग प्रिवेंशन पॉलिसी न ठीक है दैन इथे इनडोर आइस स्केटिंग रिंग बनाया जाएगा धर्मशाला एंड शिमला के ਡਾਕਟਰ 인ਦਰ ਸਿੰਘ ਠਾਕੁਰ ਇਹ ਹਿਮਾਚਲ ਪ੍ਰਦੇਸ਼ ਦੇ ਇੱਕ ਰਾਈਟਰ ਹੈਗੇ ਆ ਇਹਨਾਂ ਨੇ ਇੱਕ ਬੁੱਕ ਲਿਖੀ ਹੈ ਅਟਲ ਤੋਂ ਅਟਲ ਹੈ ਓਕੇ then ਹਿਮਾਚਲ ਪ੍ਰਦੇਸ਼ ਨੇ ਕ੍ਰਿਮੀਨਲ ਕਰਾਇਮ ਟਰੈਕਿੰਗ ਨੈਟਵਰਕਿੰਗ ਸਿਸਟਮ ਦੀ ਰੈਂਕਿੰਗ ਨੂੰ ਟਾਪ ਕੀਤਾ ਆ ਹਿੱਲ ਸਟੇਟਸ ਦੇ ਵਿੱਚ ਪਹਾੜੀ ਰਾਜਾਂ ਦੇ ਵਿੱਚ ਓਕੇ ਕੁਐਸ਼ਨ ਨੰਬਰ 7 ਹੂ ਹੈਸ ਬੀਨ ਅਪੋਇੰਟਡ ਐਸ ਸੀਈਓ ਆਫ એનર્ਜੀ ਐਫੀਸ਼ੀਐਂਸੀ ਸਰਵਿਸਿਜ਼ ਦਾ ਹਾਲ ਹੀ ਦੇ ਵਿੱਚ એનર્ਜੀ ਐਫੀਸ਼ੀਐਂਸੀ ਸਰਵਿਸਿਜ਼ ਨੇ ਆਪਣੇ ਸੀਈਓ ਨਿਯੁਕਤ ਕੀਤਾ ਆ ਰਾਧਿਕਾ ਝਾਨੂ ਓਕੇ ਐਂਡ ਇਹ ਜੋ ਐਫ એનર્ਜੀ ਐਫੀਸ਼ੀਐਂਸੀ ਸਰਵਿਸਿਜ਼ ਹੈ ਨਾ ਇਹ ਐਨਟੀਪੀਸੀ ਪਾਵਰ ਗ੍ਰਿਡ ਪਾਵਰ ਕਾਰਪੋਰੇਸ਼ਨ ਐਂਡ ਆ ਸਾਰਿਆਂ ਦਾ ਇੱਕ ਜੁਆਇੰਟ ਵੈਂਚਰ ਹੈਗਾ ਆ ਜੋ ਕਿ ਇੰਡੀਆ ਦੇ ਵਿੱਚ એનર્ਜੀ ਐਫੀਸ਼ੀਐਂਸੀ ਨੂੰ ਪ੍ਰਮੋਟ ਕਰਨ ਦੇ ਲਈ ਕੰਮ ਕਰਦਾ ਹੈ ਠੀਕ ਹੈ ਐਂਡ ਇਹ ਤੋਂ ਪਹਿਲਾਂ ਜੋ ਰਾਧਿਕਾ ਹੈਗੀਆਂ ਇਹ ਉੱਤਰਾਖੰਡ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸੈਕਟਰੀ ਕੰਮ ਕਰ ਰਹੀ ਸੀਗੇ ओके okay? और अगर इसी एनर्जी एफिशिएंसी सर्विसेज दी गल करदे हां ता दे विच गया इस दा ता नु 2009 ਦੇ ਵਿੱਚ ਫਾਊਂਡ ਕੀਤਾ ਗਿਆ ਸੀਗਾ ਇਸ ਦਾ ਹੈੱਡ ਕੁਆਰਟਰ ਤੁਹਾਨੂੰ ਨਿਊ ਡੈਲੀ ਦੇ ਵਿੱਚ ਮਿਲੇਗਾ ਐਂਡ ਇਸ ਦੇ ਚੇਅਰਮੈਨ ਹੋ ਜਾਣਗੇ अरुण कुमार मिश्रा ऑलराइट ਨੈਕਸਟ ਕੁਐਸਚਨ ਦੇ ਦਿੰਦੇ ਹਾਂ ਟੋਪ 5 ਰੀਸੈਂਟ ਅਪੁਆਇੰਟਮੈਂਟਸ ਐਮ ਡੀ ਐਂਡ ਸੀਈਓ ਬਨਾਇਆ ਗਿਆ ਪੰਜਾਬ ਨੈਸ਼ਨਲ ਬੈਂਕ ਦੇ ਅਤਲ ਕੁਮਾਰ ਗੋਇਲ ਜੀ ਨੂੰ ਆਫਟਰ दैट इंडियन इंस्टीट्यूट ऑफ कारपोरेट अफेयर द डी जी एंड सीओ बन गए हैं प्रवीण कुमार फाइनैंस इंडस्ट्री डेवलपमेंट काउंसिल को चेयरमैन बनाए गए हैं कमलेष गांधी दैन ह्यूडाए मोटर इंडिया लिमिटेड दे एम डी ए बनाए गए है उनसु किम दैन फैडरेशन ऑफ इंडियन चैम्बरस ऑफ कॉमर्स एंड इंडस्ट्र प्रेसीडेंट बने हैं मिस्ट संजीव मेहता ओके क्वेश्चन बहुत ही ज़्यादा इंपॉर्टेंट रहेगा who has been appointed as the head of unicef हाल ही ਦੇ ਵਿੱਚ 유니세프 ਦੇ হেড ਕਿਹਨਾਂ ਨੂੰ ਬਣਾਇਆ ਗਿਆ ਆ ਤਾਂ ਇਹ ਹੋ ਜਾਣਗੇ ਜੀ ਕੈਦਰਨ ਰਸਲ 올 ਰਾਈਟ ਐਂਡ ਤੁਸੀਂ ਦੇਖੋ UN ਦੇ ਜਿਹੜੇ ਜਨਰਲ ਸਕੱਤਰ ਹੀ ਹੈਗੇ ਆ ਨਾ ਐਂਟੋਨੀਓ ਗੁਟੇਰੇਸ ਐਨਾਂ ਨੇ ਹੀ ਸੀ ਰਸਲ ਨੂੰ ਯੂਨਾਈਟਿਡ ਨੇਸ਼ਨ ਚਿਲਡਰਨਸ ਫੰਡ ਦੇ ਲਈ ਹੈਡ ਅਪਾਇੰਟ ਕੀਤਾ ਆ ਔਰ ਐਂਾਂ ਨੇ ਫਿਰ ਕਿਹਨਾਂ ਨੂੰ ਸਕਸੀਡ ਕੀਤਾ ਇਹ ਵਾਲਾ ਨਾਮ ਵੀ ਤੁਹਾਡੇ ਲਈ ਇੰਪੋਰਟੈਂਟ ਰਹੂਗਾ ਠੀਕ ਹੈ ਇਹ ਹੋ ਜਾਣਗੇ ਹੈਨਰੀਟਾ 4 ਓਕੇ ਔਰ ਇਹ ਜਿਹੜੇ ਹੈਨਰੀਟਾ ਹੈਗੇ ਆ ਇਹਨਾਂ ਦੀ ਪ੍ਰੋਬਲਮ ਕੋਈ ਵੀ ਨਹੀਂ ਹੋਈ ਬਲਕਿ ਜੁਲਾਈ 2021 ਦੇ ਵਿੱਚ ਇਹਨਾਂ ਨੇ ਆਪ ਖੁਦ ਹੀ ਆਪਣੇ ਫੈਮਿਲੀ ਹੈਲਥ ਇਸ਼ੂਜ਼ ਨੂੰ ਲੈ ਕੇ ਰਿਜ਼ਾਈਨ ਕੀਤਾ ਸੀਗਾ ਠੀਕ ਹੈ ਔਰ ਜਿਹੜੀ ਕੈਥਰੀਨ ਹੈ ਇਹ ਯੂਐਸ ਦੇ ਪ੍ਰੈਸੀਡੈਂਟ ਜੋ ਬਾਈਡਨ ਦੇ ਅਸਿਸਟੈਂਸ ਦੇ ਤੌਰ ਦੇ ਉੱਪਰ ਵੀ ਕੰਮ ਕਰਦੇ ਪਏ ਆ ਐਂਡ ਇਹ ਵਾਈਟ ਹਾਊਸ ਦੇ ਵਿੱਚ ਆਫਿਸ ਆਫ ਪ੍ਰੈਸੀਡੈਂਸ਼ੀਅਲ ਪਰਸਨਲ ਦੇ ਵੀ ਹੈਡ ਨੇ ਓਕੇ ਦੈਨ ਯੂਨੀਸੇਫ ਜੋ ਹੈ ਇਹ 36 ਮੈਂਬਰਸ ਦੀ ਇੱਕ ਐਗਜ਼ੀਕਿਊਟਿਵ ਬਾਡੀ ਹੈਗੀ ਹੈ ਰਾਈਟ ਔਰ ਇਹ ਵਰਲਡ ਵਾਈਡ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀ ਡਿਵੈਲਪਮੈਂਟ ਕਰਨ ਦੇ ਲਈ ਉਹਨਾਂ ਨੂੰ ਏਡ ਪ੍ਰੋਵਾਈਡ ਕਰਨ ਦੇ ਲਈ ਐਂਡ ਹਿਊਮੈਨਿਟੇਰੀਅਨ ਸਰਵਿਸਿਜ਼ ਪ੍ਰੋਵਾਈਡ ਕਰਨ ਦੇ ਲਈ ਰਿਸਪੌਂਸਿਬਲ ਹੁੰਦੀ ਹੈ ਠੀਕ ਹੈ ਅਗਰ ਤੁਸੀਂ ਦੇਖੋਗੇ ਕਿ ਇਸ ਦਾ ਮੇਨ ਕੰਮ ਕੀ ਹੁੰਦਾ ਹੈ ਤਾਂ ਯੂਨੀਸੇਫ ਦਾ ਮੇਨ ਕੰਮ ਦੇ ਵਿੱਚ ਬੱਚਿਆਂ ਨੂੰ ਇਮਿਊਨਾਈਜੇਸ਼ਨ ਪ੍ਰੋਵਾਈਡ ਕਰਨਾ ਠੀਕ ਹੈ ਆਫਟਰ ਥੈਟ ਜਿਹੜੀਆਂ ਡਿਜ਼ੀਜ਼ ਹੁੰਦੀਆਂ ਹੈ ਬਿਮਾਰੀਆਂ ਹੁੰਦੀਆਂ ਉਹਨਾਂ ਤੋਂ ਪ੍ਰੀਵੈਂਸ਼ਨ ਦੇਣਾ ਐਚ ਆਈ ਵੀ ਪੋਜ਼ਿਟਿਵ ਜਿਹੜੀਆਂ ਮਦਰਸ ਹੈ ਉਹਨਾਂ ਦੀ ਹੈਲਪ ਕਰਨਾ ਐਡੂਕੇਸ਼ਨ ਨੂੰ ਪ੍ਰੋਮੋਟ ਕਰਨਾ ਡਿਜ਼ਾਸਟਰ ਦੇ ਟਾਈਮ ਤੇ ਐਮਰਜੈਂਸੀ ਰਿਲੀਫ ਵਗੈਰਾ ਪ੍ਰੋਵਾਈਡ ਕਰਨਾ ਓਕੇ ਯੂਨੀਸੇਫ ਨੂੰ 11th ਦਸੰਬਰ 1946 ਦੇ ਵਿੱਚ ਫਾਊਂਡ ਕੀਤਾ ਗਿਆ ਹੈੱਡ ਕੁਆਰਟਰ ਨਿਊਯਾਰਕ ਸਿਟੀ ਯੂ ਐਸ ਏ ਦੇ ਵਿੱਚ ਹੈ ਦੈਨ ਹੈੱਡ ਹੋ ਜਾਣਗੇ ਕੈਥਰੀਨ ਐਮ ਰੂਸਲ ਓਕੇ ਔਰ ਇਹਨੂੰ ਕ੍ਰੀਏਟ ਕੀਤਾ ਗਿਆ ਯੂਨਾਈਟਿਡ ਨੇਸ਼ਨ ਦੇ ਰੀਲੀਫ ਰੀਹੈਬਿਲੀਟੇਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ রাইਟ ਇਸ ਦਾ ਮੋਟਿਵ ਕੀ ਸੀਗਾ ਕਿ ਤੁਹਾਨੂੰ ਪਤਾ ਹੈ ਵਰਲਡ ਵਾਰ 2 ਦੇ ਵਿੱਚ ਬਹੁਤ ਜ਼ਿਆਦਾ ਬੱਚੇ ਐਂਡ ਜਿਹੜੀਆਂ ਫੀਮੇਲ ਐ ਉਹਨਾਂ ਨੂੰ ਨੁਕਸਾਨ ਹੋਇਆ ਸੀ রাইਟ ਤਾਂ ਉਹਨਾਂ ਦੇ ਜਿਹੜੇ ਚਿਲड्रन ਐਂਡ ਮਦਰਸ ਹੋਣ ਗਿਆ ਉਹਨਾਂ ਨੂੰ ਰੀਲੀਫ ਪ੍ਰੋਵਾਈਡ ਕਰਨ ਦੇ ਲਈ ਹੀ ਇਸ ਨੂੰ ਸਟਾਰਟ ਕੀਤਾ ਗਿਆ ਸੀਗਾ ਔਰ ਇਹਨੂੰ 36 ਮੈਂਬਰਾਂ ਦੀ ਇੱਕ ਐਗਜ਼ੀਕਿਊਟਿਵ ਬੋਰਡ ਹੈ ਜੋ ਕਿ ਗਵਰਨ ਕਰਦੀ ਹੈ ਔਰ ਇਹੀ ਇਹਨਾਂ ਦੀਆਂ ਪਾਲਿਸਿਸ ਐਂਡ ਪਲਾਨਸ ਨੂੰ ਬਣਾਉਂਦੀ ਹੈ ਓਕੇ ਔਰ ਇਹ ਜਿਹੜਾ ਬੋਰਡ ਹੈ ਨਾ ਇਹ ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵਸ ਦੇ ਨਾਲ ਬੰਦਾ ਆ ਔਰ ਇਹਨਾਂ ਸਾਰੇ ਹੀ ਸਰਕਾਰੀ ਰਿਪਰੈਜ਼ੈਂਟੇਟਿਵਸ ਨੂੰ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਦੇ ਵੱਲੋਂ ਇਲੈਕਟ ਕੀਤਾ ਜਾਂਦਾ ਆ 3 ਸਾਲ ਦੇ ਲਈ ਓਕੇ ਇੱਕ ਫੈਕਟ ਯਾਦ ਰੱਖ ਲੈਣਾ ਕਿ ਜੋ ਯੂਨੀਸੇਫ ਹੈ ਇਹ 1953 ਦੇ ਵਿੱਚ ਜਾ ਕੇ ਇੱਕ ਪਰਮਨੈਂਟ ਮੈਂਬਰ ਬਣੀ ਸੀ ਯੂਨਾਈਟਿਡ ਨੇਸ਼ਨ ਦਾ ਓਕੇ ਆਲ ਰਾਈਟ ਕੁਐਸ਼ਨ ਨੰਬਰ 9 ਵਿਚ ਗਵਰਨਮੈਂਟ ਲਾਂਚਡ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਵੈਬ ਪੋਰਟਲ ਤਾਂ ਕਿਸ ਗਵਰਨਮੈਂਟ ਨੇ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਸਟਾਰਟ ਕੀਤਾ ਤਾਂ ਇਹ ਨਾਮ ਤੋਂ ਹੀ ਪਤਾ ਚੱਲ ਰਿਹਾ ਹੋਏਗਾ ਹਰਿਆਣਾ ਗਵਰਨਮੈਂਟ ਨੇ ਇਸ ਨੂੰ ਸਟਾਰਟ ਕੀਤਾ ਹੈ ਠੀਕ ਹੈ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਇਸ ਪੋਰਟਲ ਨੂੰ ਸਟਾਰਟ ਕੀਤਾ ਆ ਐ ਦੇ ਅੰਡਰ ਕੀ ਹੋਏਗਾ ਸੀਐਮ ਵਿੰਡੋ ਦੇ ਥਰੂ ਜਿੰਨੀਆਂ ਵੀ ਜਨਤਾ ਦੀਆਂ ਪ੍ਰੋਬਲਮਸ ਹੁੰਦੀਆਂ ਹਨ ਉਹਨਾਂ ਨੂੰ ਬੜੇ ਹੀ ਈਜ਼ੀ ਵੇ ਦੇ ਨਾਲ ਹੁਣ ਸੋਲਵ ਕੀਤਾ ਜਾ ਰਿਹਾ ਆ ਠੀਕ ਹੈ ਔਰ ਅਪਰੋਕਸੀਮੇਟਲੀ 8.5 ਲੱਖ ਪ੍ਰੋਬਲਮਸ ਆਲਰੇਡੀ ਸੋਲਵ ਕੀਤੀਆਂ ਜਾ ਚੁੱਕੀਆਂ ਆ ਇਸ ਪੋਰਟਲ ਦੇ ਨਾਲ ਨਾ ਸੀਐਮ ਨੇ ਗੁਰੂਗ੍ਰਾਮ ਦੇ ਵਿੱਚ ਅਟਲ ਪਾਰਕ ਐਂਡ ਸਮ੍ਰਿਤੀ ਕੇਂਦਰਸ ਨੂੰ ਵੀ ਸੈਟ ਅਪ ਕਰਨ ਦੀ ਅਨਾਉਂਸਮੈਂਟ ਕੀਤੀ ਹੈ ਰਾਈਟ ਨਾਲ ਹੀ ਇੱਥੇ ਇੱਕ ਹੋਰ ਮੈਗਜ਼ੀਨ ਹੈ ਜਿਸ ਨੂੰ ਲਾਂਚ ਕੀਤਾ ਗਿਆ ਇਹ ਹੈ ਵਿਵਸਥਾ ਪਰਿਵਰਤਨ ਸੇ ਸੁਸਾਸ਼ਨ ਠੀਕ ਹੈ ਤਾਂ ਇਸ ਦੇ ਨਾਲ ਹੋਰ ਕੀ ਯਾਦ ਰੱਖ ਸਕਦੇ ਹੋ 78 empioyes ਐਂਡ ਆਫਿਸਰਸ ਹੈਗੇ ਆ ਜਿਨ੍ਹਾਂ ਨੂੰ ਓਨਰ ਕੀਤਾ ਗਿਆ ਸੀ ਐਮ ਵੱਲੋਂ ਬਿਕਾਜ਼ ਇਹਨਾਂ ਨੇ ਅਲੱਗ-ਅਲੱਗ ਫੀਲਡਸ ਦੇ ਵਿੱਚ ਆਪਣੀਆਂ ਬੈਸਟ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਸੀ ਠੀਕ ਹੈ ਹੁਣ ਇੱਥੇ ਹਰਿਆਣਾ ਦੀ ਗੱਲ ਕੀਤੀ ਹੈ ਕੈਪੀਟਲ ਹੋ ਜਾਏਗੀ ਚੰਡੀਗੜ੍ਹ ਗਵਰਨਰ ਰਣਗੇ ਬੰਦਾਰੂ ਦਤਾਤ੍ਰਿਆ ਠੀਕ ਹੈ ਔਰ ਸੀਐਮ ਹੋ ਜਾਣਗੇ ਮਿਸਟਰ ਮਨੋਹਨ ਲਾਲ ਖੱਟਾ ਓਕੇ ਹੁਣ ਦੇਖ ਲੈਣੇ ਆ 5 ਵੈਬ ਪੋਰਟਲ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਲਾਂਚ ਕੀਤਾ ਗਿਆ ਯੂਪੀ ਨੇ ਮਾਈ ਗਵਰਨਮੈਂਟ ਮੇਰੀ ਸਰਕਾਰ ਨਾਮ ਦਾ ਪੋਰਟਲ ਸਟਾਰਟ ਕੀਤਾ रूरल डेवलपमेंट मिनिस्ट्री ने लॉन्च किया गरीब कल्याण रोज़गार वैब पोर्टल ठीक है क्योंकि गरीब कल्याण रोज़गार इतें द एकम हैगी है, है औरम के न रिलेटेड सारी ही इनफोमे नॉर्मल पब्लिक तक पहुँचाने वैब पोर्टल न लॉन्च किया गया ओके सोशल जस्टिस एंड एम्पावरमेंट मिनिस्ट्री ने सेज नाम का एक पोर्टल स्टार्ट किया स्टैंड फॉर सीनियर केयर एजिंग ग्रोथ इंजन ठीक है ਔਰ ਇਹਦੇ ਵਿੱਚ ਵਨ ਸਟਾਪ ਸਾਰੀਆਂ ਹੀ ਸਰਵਿਸਿਜ਼ ਸੀਨੀਅਰ ਸਿਟੀਜ਼ਨਸ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਥੈਨ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਬਾਲ ਸਵਰਾਜ ਨਾਮ ਦਾ ਇੱਕ ਪੋਰਟਲ ਸਟਾਰਟ ਕੀਤਾ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਨੇ ਆਪਣੇ ਇੱਕ ਪੇਰੈਂਟ ਜਾਂ ਫਿਰ ਦੋਨੋਂ ਪੇਰੈਂਟਸ ਨੂੰ ਕੋਵਿਡ ਦੇ ਦੌਰਾਨ ਖੋ ਦਿੱਤਾ ਥੈਨ ਡਿਫੈਂਸ ਮਿਨਿਸਟਰ ਨੇ ਸਿਹਤ OPD ਪੋਰਟਲ ਨੂੰ ਸਟਾਰਟ ਕੀਤਾ ਤਾਕੀ ਜਿੰਨੇ ਵੀ ਸਾਡੇ ਆਰਮਡ ਪਸਨਲਸ ਹੁੰਦੇ ਆ ਉਹਨਾਂ ਨੂੰ ਔਨਲਾਈਨ ਮੈਡੀਕਲ ਕਨਸਲਟੇਸ਼ਨ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਸਕਣ ਲਾਸਟ ਕੁਐਸ਼ਨ ਵਿਚ ਸਟੇਟ ਟਾਪਡ ਇਨ ਸ਼ਾਮਾ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਤਾਂ ਤੇਲੰਗਾਨਾ ਨੇ ਸ਼ਾਮਾ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਦੇ ਵਿੱਚ ਟਾਪ ਕੀਤਾ ਆ ਸਾਰੀਆਂ ਹੀ ਸਟੇਟਸ ਐਂਡ ਯੂਟਿਸ ਦੇ ਵਿੱਚੋਂ ਤੇਲੰਗਾਨਾ ਨੇ ਇਹ ਵਾਲੀ ਪੋਜੀਸ਼ਨ ਹਾਸਿਲ ਕੀਤੀ ਹੈ ਠੀਕ ਹੈ ਸੈਕਿੰਡ ਨੰਬਰ ਦੇ ਉੱਪਰ ਤਾਮਿਲਨਾਡੂ ਰਿਹਾ ਆ ਔਰ 3 ਨੰਬਰ ਦੇ ਉੱਪਰ ਗੁਜਰਾਤ ਦਾ ਜਗਾਇਸੀ ਓਕੇ ਔਰ ਐਸ ਮਿਸ਼ਨ ਦੇ ਅੰਡਰ ਕੀ ਹੁੰਦਾ ਆ ਵਿਲੇजेस ਦੇ ਅਲੱਗ-ਅਲੱਗ ਕਲਸਟਰਸ ਹੈ ਜਿਨ੍ਹਾਂ ਨੂੰ ਡਵੈਲਪ ਕਰਨ ਦਾ ਵਿਜ਼ਨ ਰੱਖਿਆ ਗਿਆ ਸੀ ਓਕੇ ਔਰ ਇੱਥੇ ਅਰਬਨ ਲੈਵਲ ਦੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਓਕੇ ਇਸ ਤਰ੍ਹਾਂ ਕਰਕੇ ਰੂਰਲ ਐਂਡ ਅਰਬਨ ਇਹਨਾਂ ਦੋਨਾਂ ਦੇ ਫਿਊਜ਼ਨ ਨੂੰ ਹੀ ਬੋਲਿਆ ਜਾਂਦਾ ਆ ਰੂਰਬਨ ਠੀਕ ਹੈ ਤਾਂ ਇੱਥੇ ਨਾ ਆਈ ਥਿੰਕ ਹਾਂਜੀ ਇੱਥੇ ਰੂਰਬਨ ਆਏਗਾ ਓਕੇ ਰੂਰਬਨ ਮਿਸ਼ਨ ਨੋਟ ਅਰਬਨ ਮਿਸ਼ਨ ওকে ਰਾਈਟ ਤਾਂ ਇਹ ਰੂਰਬਨ ਵਿਲੇजेस ਦੇ ਨਾਮ ਤੋਂ ਇਹ ਜਿਹੜੇ ਕਲਸਟਰਸ ਐ ਇਹਨਾਂ ਨੂੰ ਕ੍ਰੀਏਟ ਕੀਤਾ ਜਾਂਦਾ ਆ ਇਸ ਦੇ ਨਾਲ ਰੂਰਬਨ ਕਲਸਟਰਸ ਦੇ ਵਿੱਚ ਇਕਨੋਮਿਕ ਡਵੈਲਪਮੈਂਟ ਦੈਨ ਜਿੰਨੀਆਂ ਵੀ ਬੇਸਿਕ ਸਰਵਿਸੇਸ ਹੁੰਦੀਆਂ ਨਾ ਉਹਨਾਂ ਨੂੰ ਪ੍ਰੋਵਾਈਡ ਕਰਨ ਦਾ ਕੰਮ ਕੀਤਾ ਜਾਂਦਾ ਆ ਓਕੇ ਫਿਰ ਦੇਖ ਲੈਂਦੇ ਆ ਟੋਪ 5 ਰੈਂਕਸ ਐਂਡ ਰਿਪੋਰਟਸ ਨੂੰ ਗੁਜਰਾਤ ਨੇ ਗੁੱਡ ਗਵਰਨੈਂਸ ਇੰਡੈਕਸ 2021 ਦੇ ਵਿੱਚ ਟੋਪ ਕੀਤਾ ਦੈਨ ਟਰੂ ਕਾਲਰ ਨੇ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਜਿਸ ਦੇ ਵਿੱਚ ਇਸ ਨੇ ਬੋਲਿਆ ਕਿ 2021 ਦੇ ਵਿੱਚ ਸਪੈਮ ਕਾਲਸ ਦੇ ਵਿੱਚ ਸਭ ਤੋਂ ਜ਼ਿਆਦਾ ਅਫੈਕਟਡ ਜਿਹੜੀਆਂ ਕੰਟਰੀਜ਼ ਹੈ ਇੰਡੀਆ ਉਹਨਾਂ ਵਿੱਚ ਚੌਥੇ ਨੰਬਰ ਤੇ ਆਇਆ ਓਕੇ ਦੈਨ ਗਲੋਬਲ ਹੈਲਥ ਸਿਕਿਉਰਿਟੀ ਇੰਡੈਕਸ 2021 ਦੇ ਵਿੱਚ ਇੰਡੀਆ ਦਾ ਰੈਂਕ ਸੀ 66 ਇੰਡੀਆ ਨੇ ਵਰਲਡ ਟੈਲੈਂਟ ਰੈਂਕਿੰਗ ਰਿਪੋਰਟ ਦੇ ਵਿੱਚ 56 ਨੰਬਰ ਹਾਸਲ ਕੀਤਾ ਏਸ਼ੀਆ ਪਾਵਰ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਰਿਹਾ 4th ਨੰਬਰ ਓਕੇ ਅੱਜ ਦਾ ਸੈਸ਼ਨ ਇੱਥੇ ਹੀ ਓਵਰ ਹੋ ਰਿਹਾ ਹੈ ਆਈ ਹੋਪ ਤੁਹਾਨੂੰ ਸੈਸ਼ਨ ਅੱਛਾ ਲੱਗਿਆ ਹੋਵੇਗਾ ਅਗਰ ਤੁਹਾਨੂੰ ਇਹਨਾਂ ਦੀ ਪੀਡੀਐਫ ਚਾਹੀਦੀ ਹੋਏਗੀ ਤਾਂ ਟੈਲੀਗ੍ਰam ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੁਸੀਂ ਇਹ ਤੋਂ ਪੀਡੀਐਫ ਫਲੈਸ਼ ਸਕਦੇ ਹੋ ਓਕੇ ਵਿਦ ਥੀਸ ਵਰਡਸ ਥੈਂਕ ਯੂ ਸੋ ਮੱਚ ਹੈਵ ਅ ਨਾਈਸ ਟਾਈਮ ਬਾਏ ਬਾਏ